ਇਕਾਸ ਵਲੇ ਦੀ ਖਾਸ ਖਬਰ ਦੇ ਨਾਲ ਤੁਹਾਨੂੰ ਲੈ ਕੇ ਚੱਲਦੇ ਹਾਂ ਕਿ ਸੱਚਮੁੱਚ ਅਮਰਿਤਪਾਲ ਦੇ ਘਰ ਨੰਨਾ ਮਹਿਮਾਨ ਆ ਰਿਹਾ ਹੈ ਸੱਚ ਸੁਣ ਕੇ ਤੁਸੀਂ ਵੀ ਖੁਸ਼ ਹੋ ਜਾਵੋਗੇ ਕਿ ਅਮਰਿਤਪਾਲ ਸਿੰਘ ਜਲਦੀ ਪਿਤਾ ਬਣਨ ਜਾ ਰਹੇ ਨੇ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਬਮਾਲ ਛਿੜਿਆ ਹੋਇਆ ਹੈ ਇਸ ਦੇ ਬਾਰੇ ਅੱਜ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਇਸ ਰਿਪੋਰਟ ਦਾ ਅਸਲ ਸੱਚ ਕੀ ਹੈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਜਿਨ੍ਹਾਂ ਤੇ ਕਾਰਵਾਈ ਕੀਤਿਆਂ ਨੂੰ 3 ਮਹੀਨੇ ਦਾ ਸਮਾਂ ਪੂਰਾ ਹੋਣ ਜਾ ਰਿਹਾ ਏ ਇਸ 18 ਤਰੀਕ ਨੂੰ ਆਪਰੇਸ਼ਨ ਅਮਰਿਤਪਾਲ ਚੱਲੇ ਨੂੰ 3 ਮਹੀਨੇ ਪੂਰੇ ਹੋ ਜਾਣਗੇ ਤੇ ਚੌਥਾ ਮਹੀਨਾ ਸ਼ੁਰੂ ਹੋ ਜਾਵੇਗਾ ਸੋ ਅਮਰਿਤਪਾਲ ਸਿੰਘ ਭਾਵੇਂ 23 April ਨੂੰ ਪੁਲਸ ਅੱਗੇ ਆਤਮ ਸਮਰਪਣ ਕਰਦੇ ਨੇ ਤੇ ਉਹਨਾਂ ਨੂੰ ਨਾਲ ਦੀ ਨਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਏ ਹੁਣ ਗੱਲ ਕਰਾਂਗੇ ਸੋਸ਼ਲ ਮੀਡੀਆ ਤੇ ਅਫਵਾਮਾਂ ਦੀ ਸੋਸ਼ਲ ਮੀਡੀਆ ਤੇ ਅਫਵਾਮਾਂ ਜਿਹੜੀਆਂ ਨੇ ਉਹ ਉਡਾਈਆਂ ਜਾ ਰਹੀਆਂ ਨੇ ਕਿ ਅਮਰਿਤਪਾਲ ਸਿੰਘ ਤੇ ਉਹਨਾਂ ਦੀ ਜਿਹੜੀ ਪਤਨੀ ਹੈ ਉਹ ਨੰਨੇ ਮਹਿਮਾਨ ਨੂੰ ਜਨਮ ਦੇਣ ਵਾਲੀ ਹੈ ਤੇ ਹਾਲਾਂਕਿ ਬਹੁਤ ਜਲਦ ਕੁਝ ਹੀ ਮਹੀਨਿਆਂ ਦੇ ਵਿੱਚ ਅਮਰਿਤਪਾਲ ਸਿੰਘ ਦੇ ਘਰ ਇੱਕ ਨੰਨਾ ਮਹਿਮਾਨ ਆਉਣ ਵਾਲਾ ਹੈ ਇੱਕ ਨੰਨੇ ਮਹਿਮਾਨ ਦੀ ਖਿਲਕਾਰੀ ਜਿਹੜੀ ਹੈ ਉਹ ਸਭ ਨੂੰ ਸੁਣਨ ਨੂੰ ਮਿਲੇਗੀ ਮਹਿਮਾਨ ਜਿਹੜਾ ਹੈ ਉਹ ਕਾਫੀ ਜ਼ਿਆਦਾ ਜਿਹੜਾ ਹੈ ਜਿਹੜਾ ਬਹੁਤ ਜਲਦ ਆਵੇਗਾ ਹਾਲਾਂਕਿ ਪੂਰਾ ਪੰਥ ਜਿਸ ਨੂੰ ਉਡੀਕ ਰਿਹਾ ਏ ਹਾਲਾਂਕਿ ਜੇ ਗੱਲ ਕਰੀਏ ਸੋਸ਼ਲ ਮੀਡੀਆ ਤੇ ਜੋ ਅਫਵਾਹਾਂ ਉਡਾਈਆਂ ਜਾ ਰਹੀਆਂ ਨੇ ਇਹਨਾਂ ਦੇ ਵਿੱਚ ਕੋਈ ਵੀ ਸਚਾਈ ਨਹੀਂ ਹੈ ਨਾ ਹੀ ਇਸ ਦੀ ਅਫੀਸ਼ੀਅਲ ਕੋਈ ਰਿਪੋਰਟ ਸਾਹਮਣੇ ਆਈ ਹੈ ਤੇ ਨਾ ਹੀ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਇਸ ਦੇ ਬਾਰੇ ਕੁਝ ਦੱਸਣਾ ਕੀਤਾ ਏ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ ਵੀ ਇਸ ਬਾਰੇ ਕੁਝ ਨਹੀਂ ਦੱਸਿਆ ਏ ਨਾ ਹੀ ਅਮਰਿਤਪਾਲ ਸਿੰਘ ਦੀ ਘਰਵਾਲੀ ਨੇ ਆਪਣੇ ਮੂੰਹ ਚੋਂ ਕੁਝ ਬੋਲ ਕੇ ਇਸ ਬਾਰੇ ਦੱਸਣਾ ਕੀਤਾ ਹੈ ਇਹ ਸਿਰਫ ਅਫਵਾਹਾਂ ਨੇ ਜੋ ਹੁਣ ਤੱਕ ਉਡਾਈਆਂ ਜਾ ਰਹੀਆਂ ਨੇ ਅਮਰਿਤਪਾਲ ਸਿੰਘ ਦੇ ਘਰ ਜੇਕਰ ਨੰਨਾ ਮਹਿਮਾਨ ਆਉਂਦਾ ਹੈ ਤਾਂ ਉਸ ਦੀ ਚਰਚਾ ਜਿਹੜੀ ਹੈ ਸਾਰੇ ਪਾਸੇ ਹੋਵੇਗੀ ਸਿੱਖ ਜਥੇਬੰਦੀਆਂ ਨੂੰ ਵੀ ਇਸ ਦਾ ਪੂਰਾ ਚਾਹ ਹੋਵੇਗਾ ਜਦੋਂ ਅਮਰਿਤਪਾਲ ਸਿੰਘ ਦੇ ਘਰ ਨੰਨਾ ਮਹਿਮਾਨ ਆਵੇਗਾ ਤੇ ਉਸ ਦਾ ਸਵਾਗਤ ਸਿੱਖੀ ਦੇ ਤੌਰ ਤਰੀਕਿਆਂ ਦੇ ਨਾਲ ਕੀਤਾ ਜਾਵੇਗਾ ਤੇ ਉਸ ਦੇ ਉੱਪਰ ਜਿਹੜੀ ਹੈ ਜੋ ਜਥੇਬੰਦੀ ਵੱਲੋਂ ਖੁਸ਼ੀ ਜ਼ਾਹਰ ਹੋਵੇਗੀ ਨਾਲ ਦੀ ਨਾਲ ਪਰਿਵਾਰਕ ਮੈਂਬਰਾਂ ਦੀ ਖੁਸ਼ੀ ਦਾ ਵੀ ਕੋਈ ਟਿਕਾਣਾ ਨਹੀਂ ਹੋਵੇਗਾ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਅਜਿਹਾ ਕੁਝ ਵੀ ਨਹੀਂ ਹੈ ਸੋਸ਼ਲ ਮੀਡੀਆ ਤੇ ਕੁਝ ਲੋਕਾਂ ਵੱਲੋਂ ਗਲਤ ਅਫਵਾਹਾਂ ਜਿਹੜੀਆਂ ਨੇ ਉਹ ਫੈਲਾਈਆਂ ਜਾਂਦੀਆਂ ਨੇ ਗਲਤ ਚੀਜ਼ਾਂ ਨੂੰ ਪ੍ਰਚਾਰਿਆ ਜਾਂਦਾ ਏ ਸੋ ਲਗਾਤਾਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਫਿਲਹਾਲ ਅਮਰਿਤਪਾਲ ਸਿੰਘ ਦੇ ਪਰਿਵਾਰ ਵਾਲਿਆਂ ਨੇ ਇਸ ਦੇ ਬਾਰੇ ਕੋਈ ਵੀ ਅਪਡੇਟ ਜਿਹੜੀ ਹੈ ਉਹ ਸਾਂਝੀ ਨਹੀਂ ਕੀਤੀ ਹੈ ਇਸ ਦੇ ਬਾਰੇ ਕੁਝ ਵੀ ਗੱਲਬਾਤ ਜਿਹੜੀ ਹੈ ਸਾਹਮਣੇ ਨਹੀਂ ਆਈ ਹੈ ਸੋ ਲਗਾਤਾਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਹਰ ਪਾਸੇ ਇਹ ਗੱਲਬਾਤ ਜਿਹੜੀ ਹੈ ਉਹ ਚਰਚਾ ਦਾ ਵਿੱਚ ਚੱਲ ਰਹੀ ਹੈ ਅਮਰਿਤਪਾਲ ਸਿੰਘ ਨੂੰ ਲੈ ਕੇ ਹਰ ਪਾਸੇ ਜਿਹੜੀ ਹੈ ਚਰਚਾ ਚੱਲ ਰਹੀ ਹੈ ਸੋ ਗੱਲ ਕਰਦੇ ਆ ਜੀ ਹੋਰ ਨਾ ਖਾਸ ਖਬਰਾਂ ਦੀ ਇੱਕ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਆ ਰਹੀ ਹੈ ਜਿੱਥੇ ਕਿ ਸਾਊਥ ਸੁਪਰਸਟਾਰ ਕਹੇ ਜਾਣ ਵਾਲੇ ਚਰਨ ਦੀ RAMCHARAN ਦੀ ਪਤਨੀ ਪ੍ਰੈਗਨੈਂਟ ਹੋ ਗਈ ਹੈ ਜੀ ਹਾਂ RAMCHARAN ਅਤੇ ਪਤਨੀ ਉਪਾਸਨਾ ਮਾਤਾ ਪਿਤਾ ਬਣਨ ਦੀ ਤਿਆਰੀ ਕਰ ਰਹੇ ਨੇ ਕਿਉਂਕਿ ਉਹ ਆਪਣੇ ਪਹਿਲੇ ਬੱਚੇ ਦੇ ਆਉਣ ਦੀ ਉਡੀਕ ਦੇ ਵਿੱਚ ਨੇ हाल हा ही ਵਿੱਚ ਇੱਕ ਇੰਟਰਵਿਊ ਦੇ ਵਿੱਚ ਉਪਾਸਨਾ ਨੇ ਦੱਸਿਆ ਹੈ ਕਿ ਜਦੋਂ ਉਸ ਨੇ ਰਾਮਚਰਨ ਨੂੰ ਪਹਿਲੀ ਵਾਰ ਦੱਸਿਆ ਕਿ ਉਹ ਪ੍ਰੈਗਨੈਂਟ ਹੈ ਤਾਂ ਉਸ ਦਾ ਰਿਐਕਸ਼ਨ ਕਾਫੀ ਸ਼ਾਂਤ ਰਿਹਾ ਸੀ ਉਪਾਸਨਾ ਨੇ ਇਹ ਵੀ ਕਿਹਾ ਇਹ ਰਾਮ ਦੇ ਕਈ ਵਾਰ-ਵਾਰ ਟੈਸਟਾਂ ਨਾਲ ਉਸ ਦੀ ਗਰਭ ਅਵਸਥਾ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਜਸ਼ਨ ਮਨਾਇਆ ਸੀ ਉਪਾਸਨਾ ਅਤੇ ਰਾਮ ਦੇ ਇਕੱਠੇ ਆਪਣੇ ਪਹਿਲੇ ਬੱਚੇ ਦੀ ਉਮੀਦ ਕਰਨ ਦੀ ਖਬਰ ਪਿਛਲੇ ਸਾਲ ਦਸੰਬਰ ਦੇ ਵਿੱਚ ਰਾਮ ਦੇ ਪਿਤਾ ਅਨਭਵੀ ਅਵਿਨੇਤਾ ਚਿਰਨਜੀਵੀ ਸਮੇਤ ਦੁਆਰਾ ਸਾਂਝੀ ਕੀਤੀ ਗਈ ਸੀ ਉਦੋਂ ਤੋਂ ਜੋੜੇ ਨੇ ਹైదరాబాద్ ਅਤੇ ਦੁਬਈ ਵਿੱਚ ਕਈ ਬੇਬੀ ਸ਼ਾਵਰ ਕੀਤੇ ਨੇ ਅਤੇ ਅਕਸਰ 2023 ਅਤੇ ਇੱਕ ਬੇਬੀ ਮੂਨ ਲਈ ਅਮਰੀਕਾ ਦੀ ਯਾਤਰਾ ਵੀ ਕੀਤੀ ਹੈ ਉਪਾਸਨਾ ਨੇ ਈ ਟਾਈਮਸ ਨੂੰ ਦੱਸਿਆ ਏ ਜਦੋਂ ਮੈਂ ਉਸ ਨੂੰ ਕਿਹਾ ਮੈਨੂੰ ਲੱਗਦਾ ਏ ਕਿ ਮੈਂ ਗਰਭਵਤੀ ਹਾਂ ਤਾਂ ਉਸਨੇ ਕਿਹਾ ਜ਼ਿਆਦਾ ਐਕਸਾਈਟਡ ਨਾ ਹੋਵੋ ਸ਼ਾਂਤ ਹੋ ਜਾਓ ਅਸੀਂ ਕਈ ਟੈਸਟ ਕਰਵਾਏ ਜਦੋਂ ਸਾਰੇ ਟੈਸਟਾਂ ਦੇ ਵਿੱਚ ਰਿਜ਼ਲਟ ਪੋਜ਼ਿਟਿਵ ਆਇਆ ਤਾਂ ਰਾਮਚਰਨ ਨੇ ਜਸ਼ਨ ਮਨਾਇਆ ਮੈਂ ਰਾਮ ਦੀ ਸਭ ਤੋਂ ਵੱਧ ਪ੍ਰਸ਼ੰਸਾ ਕਰਦੀ ਹਾਂ ਉਹ ਮੈਨੂੰ ਸ਼ਾਂਤ ਰੱਖਣ 'ਚ ਬਹੁਤ ਮਦਦ ਕਰਦਾ ਹੈ ਮੈਂ ਤਾਂ ਛੋਟੀ ਛੋਟੀ ਗੱਲਾਂ ਤੇ ਐਕਸਾਈਟਡ ਹੋ ਜਾਂਦੀ ਹਾਂ ਮੈਨੂੰ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨਾ ਪਸੰਦ ਹੈ ਉਹ ਉਸ ਨੂੰ ਆਪਣੇ ਤਰੀਕੇ ਨਾਲ ਸ਼ਾਂਤੀ ਨਾਲ ਹੈਂਡਲ ਕਰਦਾ ਹੈ ਸਾਊਥ ਦੇ ਸੁਪਰਸਟਾਰ ਕਹੇ ਜਾਣ ਵਾਲੇ ਸੋ ਲਗਾਤਾਰ ਲੋਕਾਂ ਦੇ ਚਹੇਤੇ ਬਣੇ ਹੋਏ ਨੇ ਜਿਸ ਤਰ੍ਹਾਂ ਹੀ ਇਹ ਖਬਰ ਜਿਹੜੀ ਹੈ ਸਾਹਮਣੇ ਆਉਂਦੀ ਹੈ ਤੇ ਲੋਕਾਂ ਦੀ ਖੁਸ਼ੀ ਦਾ ਵੀ ਕੋਈ ਟਿਕਾਣਾ ਜਿਹੜਾ ਉਹ ਨਹੀਂ ਰਹਿੰਦਾ ਜਦੋਂ ਆਪਣੇ ਚਹੇਤੇ ਗਾਇਕ ਲਈ ਉਹ ਅਜੇ ਹੀ ਖਬਰ ਸੁਣਦੇ ਨੇ ਉਧਰ ਦੂਜੇ ਪਾਸੇ ਗੱਲ ਕਰਾਂਗੇ ਜੀ ਕੁਰਕ ਖੇਤਰ ਵਿੱਚ ਗੁਰਨਾਮ ਸਿੰਘ ਚੜੂਨੀ ਨੇ ਹੋਰ ਕਿਸਾਨ ਆਗੂਆਂ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ ਵੀਰਵਾਰ ਸ਼ਾਮ ਨੂੰ ਜੇਲ੍ਹ ਵਿੱਚੋਂ ਰਿਹਾਂ ਹੋਏ ਗੁਰਨਾਮ ਸਿੰਘ ਚੜੂਨੀ ਅਤੇ ਹੋਰ ਕਿਸਾਨਾਂ ਦਾ ਕਿਸਾਨਾਂ ਵੱਲੋਂ ਫੁੱਲਾਂ ਦੇ ਹਾਰ ਅਤੇ ਢੋਲ ਠਮੱਕੇ ਨਾਲ ਨਿੱਗਾ ਸਵਾਗਤ ਕੀਤਾ ਗਿਆ ਪਿਪਲੀ ਦੇਵੀ ਲਾਲ پارک ਵਿੱਚ ਵੀ ਸਵਾਗਤ ਹੋਇਆ ਏ ਫਿਰ ਵੱਡੇ ਕਾਫਲੇ ਨਾਲ ਸ਼ਹਾਵਾਦ ਲਈ ਰਵਾਨਾ ਹੋਏ ਇੱਥੇ ਕਿਸਾਨ ਰੈਸਟ ਹਾਊਸ ਵਿੱਚ ਵੀ ਨਿੱਗਾ ਸਵਾਗਤ ਕੀਤਾ ਏ ਗੁਰਨਾਮ ਸਿੰਘ ਚੜੂਨੀ ਨੇ ਜੇਲ੍ਹ ਤੋਂ ਰਿਹਾ ਹੁੰਦੇ ਹੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਨਿਸ਼ਾਨਾ ਸਾਥ ਦਿਆਂ ਕਿਹਾ ਏ ਉਹ ਮੁੱਖ ਮੰਤਰੀ ਦੇ ਅਹੁਦੇ ਦੇ ਯੋਗ ਨਹੀਂ ਨੇ ਅਨਿਲ ਵਿੱਚ ਉਹਨਾਂ ਦੀ ਥਾਂ ਕਿਸੇ ਹੋਰ ਆਗੂ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਉਹਨਾਂ ਦੀ ਇਹ ਅਪੀਲ ਹੈ ਉਹਨਾਂ ਕਿਹਾ ਹੈ ਉਹਨਾਂ ਅਤੇ ਹੋਰ ਕਿਸਾਨਾਂ ਖਿਲਾਫ ਧਾਰਾ 307 ਤਹਿਤ ਕੇਸ ਦਰਜ ਕੀਤਾ ਗਿਆ ਸੀ ਜਦਕਿ ਅਜੇ ਹਾ ਕੁਝ ਨਹੀਂ ਸੀ ਇਹ ਮਾਮਲਾ ਪੂਰੀ ਤਰ੍ਹਾਂ ਫਰਜ਼ੀ ਦਰਜ ਹੋਇਆ ਜਦੋਂ ਕਿਸਾਨ ਸੜਕਾਂ ਤੇ ਆ ਗਏ ਤਾਂ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਜੇਕਰ ਸਰਕਾਰ ਨੇ ਸੂਰਜ ਮੁਖੀ ਦੀ ਕੀਮਤ ਅਦਾ ਕਰਨੀ ਸੀ ਤਾਂ ਸਾਨੂੰ ਵੀ ਛੱਡਣਾ ਪਿਆ ਭਵਿਕ ਵਿੱਚ ਉਹ ਕਿਸਾਨਾਂ ਦੇ ਕਿਸੇ ਵੀ ਮੁੱਦੇ ਤੇ ਚੁੱਪ ਨਹੀਂ ਬੈਠਣਗੇ ਅਤੇ ਕਿਸਾਨਾਂ ਦੀ ਲੜਾਈ ਇਸੇ ਤਰ੍ਹਾਂ ਲੜਦੇ ਰਹਿਣਗੇ ਗੁਰਨਾਮ ਸਿੰਘ ਚੜੂਨੀ ਨੇ ਆਪਣੇ ਵੱਲੋਂ ਕੁਝ ਗੱਲਾਂ ਜੜੀਆਂ ਨੇ ਉਹ ਸਾਫ਼ ਕਰ ਦਿੱਤੀਆਂ ਨੇ ਉਧਰ ਦੂਜੇ ਪਾਸੇ ਗੱਲ ਕਰਾਂਗੇ ਖਾਸ ਅਪਡੇਟ ਦੀ ਇੱਕ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਆ ਰਹੀ ਹੈ ਜਿੱਥੇ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਮਕਾਨ ਉਸਾਰੀ ਅਤੇ ਵਿਕਾਸ ਬਾਰੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਮਿਲ ਕੇ 스마트 ਸਿਟੀ ਪ੍ਰੋਜੈਕਟ ਦੇ ਵਿੱਚ ਐਸਐਸ ਨਗਰ ਮੁਹਾਲੀ ਨੂੰ ਸ਼ਾਮਲ ਕਰਨ ਵਾਸਤੇ ਜ਼ੋਰ ਪਾਇਆ ਤਾਂ ਜੋ ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ ਮੁੱਖ ਮੰਤਰੀ ਨੇ ਅੱਜ ਇੱਥੇ ਹਰਦੀਪ ਪੁਰੀ ਨਾਲ ਉਹਨਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ ਅਤੇ ਮੁਹਾਲੀ ਨੂੰ 스마트 ਸਿਟੀ ਵਜੋਂ ਵਿਕਸਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਉਹਨਾਂ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਕਿ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਟਰਾਈ ਸਿਟੀ ਦਾ ਹਿੱਸਾ ਹੋਣ ਕਰਕੇ ਮੋਹਾਲੀ ਸ਼ਹਿਰ ਵਿਸ਼ੇਸ਼ ਮਹੱਤਵ ਰੱਖਦਾ ਹੈ। ਸੋ ਮੋਹਾਲੀ ਸ਼ਹਿਰ ਭਗਵੰਤ ਮਾਨ ਨੇ ਇਹ ਵੀ ਕਿਹਾ ਇਹ ਪੰਜਾਬ ਸਰਕਾਰ ਦੇ ਜ਼ਿਆਦਾਤਰ ਵਿਭਾਗਾਂ ਦੇ ਮੁਖ ਦਫ਼ਤਰ ਵੀ ਇੱਥੇ ਸ਼ਹਿਰ ਦੇ ਵਿੱਚ ਮੌਜੂਦ ਨੇ ਜਿਸ ਕਾਰਨ ਇਸ ਦੇ ਵਿਕਾਸ ਨੂੰ ਹੋਰ ਹੁਲਾਣਾ ਦੇਣਾ ਬਹੁਤ ਜ਼ਿਆਦਾ ਲਾਜ਼ਮੀ ਹੋਏਗਾ। ਸੋ ਮਿਲਦੇ ਹਾਂ ਜੀ ਨਵੀਆਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ।